20 ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਵੱਲੋਂ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਵਿੱਢੇ ਸੰਘਰਸ਼ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਕੌਮੀ ਅਣਖ ਅਤੇ ਬਾਣੀ ਅਤੇ ਬਾਣੇ ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਹਥਿਆਰਬੰਦ ਸੰਘਰਸ਼ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ। ਇਸੇ ਤਹਿਤ ਮੋਗਾ ਅਧੀਨ ਪੈਂਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਅੱਜ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਰਨੈਲ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਖਾਲਿਸਤਾਨੀ ਸ਼ਹੀਦਾਂ ਦੀ ਮਿੱਠੀ ਯਾਦ ਵਿੱਚ ਸ਼ਹੀਦੀ ਸਮਾਗਮ ਮਾਤਾ ਸੁਰਜੀਤ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਵਿੱਚ ਸਮੂਹ ਪੰਥਕ ਜਥੇਬੰਦੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਸਪਾਲ ਸਿੰਘ ਹੇਰਾਂ, ਮੁੱਖ ਸੰਪਾਦਕ ਪਹਿਰੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ, ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਅਤੇ ਇਹਨਾਂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਸ਼ਹੀਦ ਭਾਈ ਗੁਰਜੰਟ ਸਿੰਘ ਦੁਆਰਾ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸ਼ਹਾਦਤ ਦੇਣ ਦੀ ਸ਼ਲਾਘਾ ਕੀਤੀ। ਦੇ ਵਿੱਚ ਸਾਡੇ ਨੌਜਵਾਨਾਂ ਨੂੰ ਬੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ। ਕਿਵੇਂ ਮਾਰਿਆ ਗਿਆ? ਕਹਿੰਦੇ ਸੀ ਇੱਕ ਬੰਬੀ ਨੂੰ ਘੇਰਾ ਪੈ ਗਿਆ, ਇੱਕ ਮੋਟਰ ਨੂੰ ਘੇਰਾ ਪੈ ਗਿਆ, ਉਹਦੇ ਵਿੱਚ ਜਿਹੜੇ ਤਿੰਨ ਸਿੰਘ ਸ਼ਹੀਦ ਹੋ ਗਏ ਤੇ ਪੁਲਿਸ ਵਾਲੇ ਨੂੰ ਗੋਲੀ ਨਹੀਂ ਲੱਗੀ। ਇਸ ਕਰਕੇ ਕੋਈ ਇੱਕ ਅੱਧਾ ਵਿਖਾਵਾ ਕਰਨ ਦੇ ਲਈ ਕਿਸੇ ਨੂੰ ਗੋਲੀ ਮਾਰਦੀ, ਕਿਸੇ ਦੀ ਜਾਨ ਲੈ ਲਈ ਐਵੇਂ। ਇਸ ਕਰਕੇ ਹੁਣ ਵੀ ਕੀ ਹੋਇਆ, ਅਸੀਂ ਕਹਿੰਦੇ ਹਾਂ ਜੋ ਘਟਨਾ ਦੀਨਾਨਗਰ ਦੇ ਵਿੱਚ ਹੋਈ ਹੈ ਉਹ ਬਹੁਤ ਮਾੜੀ ਹੋਈ ਹੈ, ਅਸੀਂ ਨਿੰਦਿਆ ਕਰਦੇ ਹਾਂ, ਉਹ ਘਟਨਾ ਨਹੀਂ ਹੋਣੀ ਚਾਹੀਦੀ। ਪਰ ਅਸੀਂ ਇਹ ਵੀ ਕਹਿਣਾ ਚਾਹੀਦੀ ਹੈ, ਇਨਸਾਫ ਹੋਣਾ ਚਾਹੀਦਾ, ਘਟਨਾ ਹੋਈ ਕਿਉਂ, ਇਹਦੇ ਪਿੱਛੇ ਕੀ ਗੱਲ ਹੈ? ਕਿਉਂਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਹੋਈਆਂ, 84 ਦੇ ਵਿੱਚ ਸਾਡਾ ਕਤਲੇਆਮ ਹੋਇਆ, ਉਦੋਂ ਤੋਂ ਫੌਜ ਬਾਹਰ ਹੀ ਨਹੀਂ ਨਿਕਲੀ। ਅੱਜ ਪਾਰਲੀਮੈਂਟ ਵੀ ਬੋਲਦੀ ਹੈ, ਅੱਜ ਗ੍ਰਹਿ ਮੰਤਰੀ ਵੀ ਬੋਲਦਾ, ਅੱਜ ਡਿਫੈਂਸ ਮਿਨਿਸਟਰ ਵੀ ਬੋਲਦਾ, ਅੱਜ PM ਵੀ ਬੋਲਦਾ। ਉਦੋਂ PM ਕੋਈ ਨਹੀਂ ਬੋਲਿਆ, ਜਦੋਂ ਬਾਬਰੀ ਮਸਜਿਦ ਢਾਈ ਗਈ ਉਦੋਂ ਫੌਜ ਬਾਹਰ ਕਿਉਂ ਨਹੀਂ ਨਿਕਲੀ? ਉਦੋਂ ਕਿਉਂ ਨਹੀਂ, ਜਦੋਂ ਨਰਿੰਦਰ ਮੋਦੀ ਨੇ 2000 ਦੇ ਵਿੱਚ ਮੁਸਲਮਾਨ ਦੀ ਨਸਲਕੁਸ਼ੀ ਕੀਤੀ ਉਦੋਂ ਫੌਜ ਬਾਹਰ ਕਿਉਂ ਨਹੀਂ ਨਿਕਲੀ? ਉਦੋਂ PM ਕਿਉਂ ਨਹੀਂ ਬੋਲਿਆ? ਉਦੋਂ ਡਿਫੈਂਸ ਮਿਨਿਸਟਰ ਨੇ ਕਿਉਂ ਨਹੀਂ ਬੋਲਿਆ? ਅੱਜ ਦੋਹਰੇ ਮਾਪਦੰਡ ਨੇ, ਇੱਥੇ ਘੱਟ ਗਿਣਤੀਆਂ ਲਈ ਹੋਰ ਹੈ ਅਤੇ ਵੱਧ ਗਿਣਤੀਆਂ ਹੋਰ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਬੇਇਨਸਾਫੀ ਦੇ ਵਿਰੁੱਧ ਆਵਾਜ਼ ਲੈਣੀ ਚਾਹੀਦੀ ਹੈ। ਜਿਹੜਾ ਭਾਈ ਗੁਰਜੰਟ ਸਿੰਘ ਜੀ ਦਾ, ਬੁੱਧ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਸੰਗਤਾਂ ਵੱਲੋਂ ਉਹਨਾਂ ਦੇ ਜੱਦੀ ਘਰ 'ਚ ਮਨਾਇਆ ਜਾ ਰਿਹਾ, ਅਤੇ ਮੈਂ ਦੇਖਿਆ ਕਿ ਜਿਹੜਾ ਸਿੱਖ ਨੌਜਵਾਨ ਹੈ, ਅੱਜ ਉਹਦੇ ਜਜ਼ਬਾਤ ਨੇ ਜਿਹੜੇ, ਉਹਦੀਆਂ ਭਾਵਨਾਵਾਂ ਨੇ ਜਿਹੜੀਆਂ, ਉਹ ਉਹਨਾਂ ਸ਼ਹੀਦਾਂ ਦੀਆਂ ਭਾਵਨਾਵਾਂ ਨਾਲ ਜੁੜੀਆਂ ਹੋਈਆਂ, ਅਤੇ ਉਹਨਾਂ ਦੀ ਜਿਹੜੀ ਵੱਡੀ ਗਿਣਤੀ 'ਚ ਹਾਜ਼ਰੀ ਆ ਅੱਜ ਦੇ ਸ਼ਹੀਦੀ ਦਿਹਾੜੇ 'ਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ, ਉਹ ਇਹ ਗੱਲ ਦੱਸਦੀ ਆ ਕਿ ਜਿਹੜੀ ਗੱਲ ਦੀ ਅਸੀਂ ਚਿੰਤਾ ਕਰ ਰਹੇ ਹਾਂ ਕਿ ਅੱਜ ਦੀ ਜਿਹੜੀ ਸਿੱਖ ਨੌਜਵਾਨੀ ਆ ਜਿਹੜੀ, ਉਹ ਪਤਤ ਪੁਣੇ ਵੱਲ, ਉਹ ਨਸ਼ਿਆਂ ਵੱਲ, ਉਹ ਲੱਚਰਤਾ ਵੱਲ ਜਾ ਰਹੀ ਆ, ਉਹਦੇ ਵਿੱਚ ਸਾਨੂੰ ਇੱਕ ਵੱਡੀ ਆਸ ਦੀ ਕਿਰਨ ਦਿਖਾਈ ਦਿੱਤੀ ਆ ਕਿ ਉਹ ਗੁਰੂ ਸਾਹਿਬਾਨ ਦੀ ਮਹਾਨ ਗੁੜਤੀ ਆ ਜਿਹੜੀ, ਉਹਦਾ ਅਸਰ ਆ ਜਿਹੜਾ ਅੱਜ ਦੀ 15 ਤੋਂ ਲੈ ਕੇ 22 ਸਾਲ ਦੀ ਨੌਜਵਾਨ ਪੀੜ੍ਹੀ 'ਤੇ ਬਾਖੂਬੀ ਦਿਖਾਈ ਦੇ ਰਿਹਾ। ਅਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਕੌਮ ਦੇ ਆਗੂ ਇਸ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਅਤੇ ਦਸ਼ਾ ਦੇਣਗੇ, ਤਾਂ ਕਿ ਜਿਹੜੇ ਗੁਰੂ ਸਾਹਿਬਾਨ ਵੱਲੋਂ ਦਰਸਾਇਆ ਮਾਰਗ ਹੈ ਅਤੇ ਜਿਹੜੀ ਸਾਨੂੰ ਗੁਰੂ ਸਾਹਿਬਾਨ ਨੇ ਸਿੱਖੀ ਦੀ ਸਿਰਜਣਾ ਇਸ ਦੁਨੀਆ ਦੀ ਸਰਦਾਰੀ ਲਈ ਕੀਤੀ ਆ, ਉਸ ਮਾਰਗ ਲਈ ਅਤੇ ਸ਼੍ਰੀ ਗੁਰੂ ਮਹਾਨ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਸਿਧਾਂਤ ਨੇ ਉਹਨਾਂ ਨੂੰ ਦੁਨੀਆ ਦੇ ਕੋਨੇ ਕੋਨੇ 'ਤੇ ਲੈ ਕੇ ਜਾਣ ਦੇ ਲਈ ਅੱਜ ਦੀ ਇਹ ਜਿਹੜੀ ਨੌਜਵਾਨ ਪੀੜ੍ਹੀ ਆ, ਅਸੀਂ ਇਹਨੂੰ ਸਹੀ ਸੇਧ ਦੇ ਸਕੀਏ ਅਤੇ ਜੋ ਕੁਝ ਸਾਡੀ ਕੌਮ ਦੀ ਪ੍ਰਾਪਤੀ ਆ, ਅੱਜ ਜਿਸ ਪਾਸੇ ਕੌਮ ਜਾ ਰਹੀ ਆ, ਵਿਸ਼ੇਸ਼ ਰੂਪ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਵਰਤਮਾਨ ਸੰਘਰਸ਼ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹ ਬੰਦੀ ਸਿੰਘਾਂ ਦੀ ਰਿਹਾਈ ਜਿਹੜਾ ਸਾਡਾ ਅਧਿਕਾਰ ਆ, ਮਨੁੱਖੀ ਅਧਿਕਾਰ ਹੈ, ਸੋ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਜਿਹੜੀ ਕੌਮ ਲੜਾਈ ਲੜ ਰਹੀ ਆ, ਉਸ ਲੜਾਈ ਵਿੱਚ ਇਹ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ, ਇਹ ਸਮਝ ਗਏ ਕਿ ਇਹ ਲੜਾਈ ਕਿਸ ਮੰਤਵ ਲਈ ਆ ਅਤੇ ਕਿਉਂ ਲੜੀ ਜਾ ਰਹੀ ਆ ਅਤੇ ਇਹ ਲੜਾਈ ਅਸੀਂ ਕਿਸ ਰੂਪ ਵਿੱਚ ਲੜਨੀ ਆ। ਅਤੇ ਮੈਨੂੰ ਲੱਗਦਾ ਕਿ ਅੱਜ ਜਦੋਂ ਅਸੀਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਵੱਲੋਂ ਦਰਸਾਇਆ ਮਾਰਗ ਆ ਜਿਹੜਾ ਉਹਨੂੰ ਯਾਦ ਕਰਦੇ ਹਾਂ, ਅਤੇ ਉਹਦੇ ਨਾਲ ਨਾਲ ਸਾਨੂੰ ਅੱਜ ਦੀ ਜਿਹੜੀ ਕੌਮ ਦੀ ਸਥਿਤੀ ਆ, ਪਰਿਸਥਿਤੀ ਆ, ਉਹਨੂੰ ਵੇਖਦਿਆਂ ਹੋਇਆਂ ਅਤੇ ਵਰਤਮਾਨ ਸੰਘਰਸ਼ ਆ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਅੱਗੇ ਹੋ ਕੇ ਵੱਧ ਚੜ੍ਹ ਕੇ ਜਿਹੜਾ ਆਪਣਾ ਰੋਲ ਆ ਉਹ ਨਿਭਾਉਣਾ ਚਾਹੀਦਾ। ਇਹ ਜਿਹੜਾ ਕੌਮ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੇ, ਜਿਵੇਂ ਕਿ ਅੱਜ ਪਿੰਡ ਬੁੱਧ ਸਿੰਘ ਵਾਲਾ ਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮਹਾਨ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਰਕਾਰਾਂ ਹਮੇਸ਼ਾ ਹੀ ਸਾਡੀ ਕੌਮ ਦੇ ਸ਼ਹੀਦਾਂ ਨੂੰ ਅੱਤਵਾਦੀ ਕਹਿ ਕੇ ਗਦਾਰਦੀਆਂ ਰਹੀਆਂ, ਝਠਲਾਉਂਦੀਆਂ ਰਹੀਆਂ, ਪਰ ਸਾਡੀ ਕੌਮ ਦੇ ਬਛਿੰਦਿਆਂ ਨੇ, ਸਾਡੀ ਕੌਮ ਦੇ ਜੁਝਾਰੂ ਇਨਕਲਾਬੀ ਵੀਰਾਂ ਨੇ, ਯੋਧਿਆਂ ਨੇ ਹਕੂਮਤਾਂ ਤੋਂ, ਸਰਕਾਰਾਂ ਤੋਂ, ਜ਼ੁਲਮ ਤੋਂ ਉੱਪਰ ਉੱਠ ਕੇ ਕਿਸੇ ਵੀ ਕਿਸਮ ਦੀ ਤਾਕਤ ਦਾ, ਹਰ ਤਰ੍ਹਾਂ ਦਾ ਮੁਕਾਬਲਾ ਕਰਦਿਆਂ, ਮੂੰਹ ਤੋੜ ਜਵਾਬ ਦਿੰਦਿਆਂ ਹੋਇਆਂ ਆਪਣੀ ਕੌਮ ਦੇ ਫਰਜ਼ਾਂ ਨੂੰ ਪਛਾਣਿਆ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੰਘਰਸ਼ ਨੂੰ ਜਾਰੀ ਰੱਖਿਆ। ਜਿੰਨੀ ਦੇਰ ਤੱਕ ਅਸੀਂ ਆਪਣਾ ਮੁਲਕ ਆਜ਼ਾਦ ਮੁਲਕ ਖਾਲਿਸਤਾਨ, ਆਜ਼ਾਦ ਕੌਮੀ ਘਰ ਨਹੀਂ ਬਣਾ ਲੈਂਦੇ,
ਉਨੀ ਦੇਰ ਤੱਕ ਇਸ ਤਰ੍ਹਾਂ ਦੇ ਮੇਲੇ ਸਦਾ ਲੱਗਦੇ ਰਹਿਣਗੇ। ਮੋਗੇ ਤੋਂ ਜਸਵੀਰ ਹੇਰਾਂ ਦੇ ਨਾਲ ਸਾਹਿਬ ਸੰਧੂ ਦੀ ਰਿਪੋਰਟ, ਪਹਿਰੇਦਾਰ ਟੀਵੀ।